ਬਹੁਤ ਵਧੀਆ ਸੱਜਣਾ ਵੇਲੇ ਆ ਦੋਸਤੋ, ਇੰਜ ਅਸੀਂ ਪੇਂਡੂ ਲੋਕ ਛੈਪਲ ਨੂੰ ਲੈਂਦੇ ਹਾਂ ਘਰ ਕਲੋਸ ਹੈ। ਅਸਲਾਮ ਵਾਲੇਕੁਮ ਰਹਿਮਤੁਲਾਹੀ ਵਬਰਕਾਤੁਹੂ। ਇਮਤਿਆਜ਼ ਅਲੀ ਸੰਗੀ ਤੁਹਾਡੀ ਖਿਦਮਤ 'ਚ ਅੱਜ ਫਿਰ ਨਵੇਂ ਵਿਲਾਗ ਨਾਲ ਹਾਜ਼ਰ ਹੈ। ਅਸੀਂ ਕੰਮ ਆਪਣਾ ਕਰ ਰਹੇ ਹਾਂ ਅਤੇ ਕੰਮ ਸਾਡਾ ਇਖਤਤਾਮ 'ਤੇ ਪਹੁੰਚ ਗਿਆ ਅਤੇ ਕਣਕ ਦੀ ਵਾਢੀ ਲਈ ਆ ਘਰ ਅੱਲਾ ਕਰਕੇ ਬੜੀ ਟੁੱਟੀ ਸੀ, ਬੜੀ ਬਰਬਾਦ ਹੋਈ, ਡਿੱਗੀ ਟੱਠੀ ਕਣਕ, ਮੀਆਂ ਨੇ ਖਰਾਬ ਕਰ ਛੱਡੀ। ਅਤੇ ਅਸੀਂ ਹੁਣ ਅੱਜ ਦੁਪਹਿਰ ਦਾ ਖਾਣਾ ਖਾਣਾ ਅਤੇ ਤੁਹਾਡੇ ਨਾਲ ਅੱਜ ਦੁਪਹਿਰ ਦੀ ਰੂਟੀਨ ਸ਼ੇਅਰ ਕਰਾਂਗੇ ਕਿ ਦੁਪਹਿਰ ਦਾ ਖਾਣਾ ਜਿਹੜਾ ਸਾਡੇ ਪਿੰਡਾਂ ਥਾਵਾਂ 'ਚ ਅਸੀਂ ਕੰਮ ਕਰਦੇ ਆਏ ਹਾਂ ਕਿਸ ਤਰ੍ਹਾਂ ਦਾ ਖਾਣਾ, ਕਿਵੇਂ ਖਾਣਾ ਅਤੇ ਕਿੱਥੇ ਬਹਿ ਕੇ ਖਾਣਾ। ਠੀਕ ਹੈ, ਸਾਡੇ ਚੈਨਲ ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ 'ਤੇ ਬਟਨ ਦਬਾਓ ਅਤੇ ਮੁਕੰਮਲ ਵੀਡੀਓ ਵੇਖਿਓ। ਅਤੇ ਤੁਹਾਡੀ ਮਿਹਰਬਾਨੀ ਹੈ, ਤੁਸੀਂ ਆਪਣੇ ਰਾਜ਼ੀ ਬਾਜ਼ੀ ਰਿਹਾ ਕਰੋ ਆਪਣੇ ਮਾਮਲਾ 'ਚ, ਅਸੀਂ ਵੀ ਰਾਜ਼ੀ ਬਾਜ਼ੀ ਹਾਂ। ਇਹ ਮੇਰਾ ਸਾਹਿਬਜ਼ਾਦਾ ਮਾਸ਼ਾਅੱਲਾ, ਠੀਕ ਹੈ ਜੀ, ਉਹ ਪਰਾਂ ਛੋਟਾ ਸਾਹਿਬਜ਼ਾਦਾ, ਉੱਧਰ ਮੇਰੇ ਵਾਲਦ ਮੋਹਤਰਮ, ਅਤੇ ਕਣਕ ਸਾਡੀ ਇਹ ਹੀ ਰਹਿ ਗਈ ਹੈ। ਸਾਡਾ ਕੈਮਰਾਮੈਨ ਜ਼ਰਾ ਚੰਗੇ ਤਰੀਕੇ ਨਾਲ ਕੈਮਰਾ ਮਾਰ ਕੇ ਦੱਸ ਦੇ ਕਿ ਕਿੰਨੀ ਕੁ ਸਾਡੀ ਕਣਕ, ਇਹ ਵੱਢਣੇ ਆ ਅਤੇ ਦੁਪਹਿਰ ਦਾ ਸਾਡਾ ਖਾਣਾ ਆਉਂਦਾ ਵਾ। ਅਤੇ ਜਨਾਬ ਖਾਣਾ ਅਸੀਂ ਖਾਂਦੇ ਹਾਂ ਇਨਸ਼ਾਅੱਲਾ, ਅਤੇ ਤੁਹਾਡੇ ਨਾਲ ਫਿਰ ਰੂਟੀਨ ਨਾਲ ਨਾਲੇ ਗੁਫ਼ਤਗੂ ਕਰਾਂਗੇ ਅਤੇ ਨਾਲੇ ਖਾਣਾ ਤੁਹਾਨੂੰ ਵਿਖਾਈਏ ਕਿ ਅੱਜ ਸਾਡੇ ਨਸੀਬ 'ਚ ਕੀ ਹੈ। ਕੋਈ ਪਲਾਨ ਨਹੀਂ, ਕੋਈ ਗੱਲਬਾਤ ਨਹੀਂ, ਘਰ ਵਾਲਿਆਂ ਨੂੰ ਕਿਹਾ ਕਿ ਜੋ ਪੱਕਿਆ ਜੋ ਹੈ ਜੋ ਸਾਡੇ ਨਸੀਬ ਦਾ ਤੁਸੀਂ ਲੈ ਆਇਓ। ਹੁਣ ਵੇਖਦੇ ਹਾਂ ਕਿ ਸਾਡੇ ਵਾਸਤੇ ਕਿਹੜੀ ਚੀਜ਼ ਆਉਂਦੀ ਹੈ। ਸਾਲ ਹੋ ਗਿਆ ਪੂਰਾ ਮੁਕੰਮਲ, ਅਤੇ ਅਸੀਂ ਲਾ ਲਈ ਆਪਣਾ ਚੈਪਰ, ਕਿਉਂਕਿ ਜੇ ਇੱਥੇ ਰਹਿਣ ਦਿੱਤਾ ਨਾ ਤਾਂ ਖਰਾਬ ਹੋ ਜਾਂਦਾ ਚੈਪਰ। ਇਹ ਵੀ ਸਾਡੀ ਹੈ, ਕਿਉਂਕਿ ਬੰਨਣ ਵਾਸਤੇ ਇਹ ਦੇਖੋ ਦੋਸਤੋ, ਇਹ ਕੀ ਚੀਜ਼ ਨਹੀਂ ਹੈ ਤੂੰ ਉਹ ਆ ਕਿਤੇ ਫੇਸ ਪਾਊਡਰ 'ਤੇ ਨਹੀਂ ਬੁੱਢੀਆਂ ਦੇ ਲਾਉਣ ਵਾਲਾ, ਉਹ ਜਿਹੜਾ ਨਰਮ ਨਰਮ ਹੁੰਦਾ ਸੱਜਣਾ ਵੇਲੇ ਆ ਦੋਸਤੋ, ਇੰਝ ਅਸੀਂ ਪੇਂਡੂ ਲੋਕ ਛੈਪਲ ਨੂੰ ਲੈਂਦੇ ਹਾਂ ਘਰ ਕਲੋਸ ਹੈ, ਅਤੇ ਘਰ ਜਾ ਕੇ ਫਿਰ ਹੈ ਨਾ ਇੰਝ ਢੰਗ ਦੇਈਦਾ, ਅਤੇ ਹੁਣ ਅਸੀਂ ਇੰਝ ਕਰ ਲੈਣਾ। ਚਲੀਏ ਆ ਜਾਓ, ਚਲੀਏ, ਇਹੋ ਸਾਡਾ ਬੈਗ ਆ।
ਲਓ ਬਾਈ ਵੀਵਰਸ, ਗੰਦਮ ਅਸੀਂ ਵੱਢ ਲਏ ਅੱਲਾ ਅੱਲਾ ਕਰਕੇ, ਭਰੀ ਡਿੱਗੀ ਸੀ, ਬਹੁਤ ਪਰੇਸ਼ਾਨ ਕੀਤਾ ਸੀ ਬਾਰਿਸ਼ਾਂ ਨਾਲ, ਕੁਛ ਜਾਨਵਰਾਂ ਨੇ, ਕੁੱਤਿਆਂ ਬਿੱਲਿਆਂ ਨੇ ਭੰਨੀ ਸੀ, ਮਾਮਲਾ ਬਹੁਤ ਖਰਾਬ ਹੋਏ ਨੇ। ਅਤੇ ਇਹ ਬਾੜ ਵੀ ਮੈਂ ਲਾਈ ਆ, ਵੇਖੋ ਹਾਂ ਇਹ ਬਾੜ ਖੱਡੀ 'ਚ ਲਾਈ ਆ ਕਿ ਜਾਨਵਰ ਨਾ ਵੜੇ, ਫਿਰ ਵੀ ਜਾਨਵਰ ਇੱਥੇ ਆ ਜਾਂਦਾ ਕਿਉਂਕਿ ਇਹ ਨਿਆਈ ਹੈ, ਪਿੰਡ ਦਾ ਲੱਗ ਹੈ, ਰੋਡ ਹੈ ਜਿਸ ਤਰ੍ਹਾਂ ਕਿ ਉਹ ਤੁਹਾਨੂੰ ਵੇਖੋ ਜੀ ਮਾਰੋ। ਉੱਥੇ ਰੋਟੀ ਵੀ ਲੈ ਕੇ ਆ ਗਈ ਹੈ ਧੀ ਰਾਣੀ, ਠੀਕ ਹੈ ਨਾ, ਅਤੇ ਆਓ ਚਲੀਏ ਖਾਣਾ ਖਾਈਏ। ਅਸੀਂ ਜਨਾਬ ਗੰਦਮ ਦੀ ਕਟਾਈ ਕਰ ਲਈ ਆ, ਕਣਕ ਦੀ ਵਾਢੀ ਕਰ ਲਈ ਆ, ਅਤੇ ਹੱਥ ਸਾਫ਼ ਨੂੰ ਭੁੱਖ ਬੜੀ ਲੱਗੀ ਆ, ਚੌਂਕੜਾਂ ਮਾਰ ਕੇ ਕਹਿੰਦੇ ਬਹਿ ਹੱਥ ਧੁਆਓ ਹੱਥ ਧੁਆਓ, ਪਾਣੀ ਆ ਥੋੜ੍ਹਾ, ਅਤੇ ਆਹ ਖਾਣਾ ਵੀ ਸਾਡਾ ਮਾਸ਼ਾਅੱਲਾ ਅਲਹਮਦੁਲਿਲਾ ਗਿਆ ਆ, ਠੀਕ ਹੈ ਜੀ। ਅਤੇ ਇਹ ਬੱਚੇ ਵੀ ਨਾਲ ਆਏ ਨੇ, ਮੇਰੀ ਧੀ ਰਾਣੀ ਦੇ ਨਾਲ ਬੱਚੇ ਵੀ ਆਏ ਨੇ ਸਾਡੇ ਹਮਸਾਇਆਂ ਦੇ, ਇਹ ਵੀ ਖਾਣਾ ਲੈ ਕੇ ਆਏ ਨੇ ਸਾਡਾ, ਠੀਕ ਹੈ। ਅਤੇ ਜਾ ਸਮਰ, ਮੇਰਾ ਪੁੱਤਰ ਪਾਣੀ ਦੀ ਬੋਤਲ ਭਰ ਲਿਆ, ਅੱਬੂ ਨੇ ਵੀ ਹੱਥ ਧੋਣੇ ਨੇ, ਅਤੇ ਮੈਂ ਵੀ ਤਾਂ ਤੁਹਾਨੂੰ ਜਾ ਭਰ ਲਿਆ, ਚਾਵਾ ਜੀ ਉਹ ਸਾਹਮਣੀ ਦੁਕਾਨ ਤੋਂ ਭਰ ਕੇ ਲਿਆ ਲਿਆ ਬਾਈ ਪਾਣੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅੱਬੂ ਵੇਖੋ ਹਾਂ ਕੀ ਸਾਲਣ ਆਇਆ ਮੁੰਡਾ, ਤੂੰ ਕਿਉਂ ਦੂਰ ਬਹਿਣਾ, ਤੂੰ ਵੀ ਲੱਗ ਗਿਆ, ਆ ਜਾ ਲਈ ਖਾਣਾ ਖਾ ਪੁੱਤਰ ਜਰਾ, ਕਾਹਾਂ ਤੱਕ ਬਾਹਾਂ ਧੋਵਾਂ, ਬਾਹਾਂ ਕਾਲੀਆਂ ਹੁੰਦੀਆਂ ਨੇ, ਘੱਟਾ ਪਿਆ ਵੀ ਯਾਰ, ਹੁਣ ਤੁਸੀਂ ਬਾਹਾਂ ਸਾਰੀਆਂ ਧੋਣੀਆਂ ਨੇ ਮੇਰੀਆਂ, ਬਸ ਕਰਕੇ ਤੇ ਨਵਾਲ ਨਵਾਲ ਛੱਡੋ ਮੈਨੂੰ, ਟਾਈਮੋ ਟਾਈਮ ਲਿਆ ਪਾਣੀ ਨਾ ਲੋਗੇ ਅਲੀ, ਤੂੰ ਇੱਥੇ ਆ ਮੇਰੇ ਨਾਲ, ਇੱਥੇ ਆ ਜਾ ਮੇਰਾ ਪੁੱਤਰ, ਖਾਣਾ ਖਾ, ਤੂੰ ਵੀ ਸਾਡੇ ਨਾਲ ਬਹਿ ਕੇ ਅੱਗੇ ਆ ਜਾ, ਅੱਗੇ ਆ ਜਾ ਕੇ, ਸ਼ਾਬਾਸ਼। ਇਹ ਵੀਡੀਓ 'ਚ ਤੁਸੀਂ ਬਾਰਹਾ ਦਫ਼ਾ ਦੇਖਦੇ ਹੋ ਸਾਹਿਬਜ਼ਾਦੇ ਨੂੰ, ਇਹ ਜੀ ਇਸ ਸਾਹਿਬਜ਼ਾਦੇ ਦਾ ਯਾਰ ਹੈ, ਠੀਕ ਹੈ। ਇਹ ਹੁਣ ਸਾਲਣ ਫਿਰ ਮੈਂ, ਉਹ ਬੰਦਾ ਸ਼ਹਿਰੀ ਆ, ਬੰਦਾ ਪਿੰਡ ਆ, ਮਾਸੀ ਫਿਰ ਤੁਹਾਡੀ ਸਾਰੇ ਦੀ, ਹੁਣ ਮੈਂ ਬਣ ਜਾ ਸਾਲਣ ਪਾ ਕੇ ਦਾ ਤੁਹਾਨੂੰ, ਮਾਸੀ ਚਲੋ ਫੁੱਫੀ ਬਣਾ ਲਓ, ਮਾਸੀ ਬਣਾ ਲਓ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਉਹ ਖੀਰੇ ਪਹਿਲਾਂ ਹੀ ਖਾਹਰ ਲੱਗੇ ਹੋ ਤੁਸੀਂ ਬਈ, ਖੀਰੇ ਵੀ ਆਏ ਜੇ ਸਾਡੇ ਨਾਲ, ਅਤੇ ਦਾਲ ਹੈ ਮਾਂਹ ਚਣਿਆਂ ਦੀ, ਅਤੇ ਵਿੱਚ ਪਾਇਆ ਵੈ, ਇਹ ਕੀ ਵਿੱਚ ਪਾਲੋ ਸਾਰੇ ਜਣੇ ਦੁਆ। أعوذ بالله من الشيطان الرجيم، أعوذ بالله من الشيطان الرجيم، بسم الله الرحمن الرحيم، بسم الله الرحمن الرحيم، بسم الله، بسم الله، وعلى وعلى بركة الله، بركة الله، بسم الله، بسم الله، لا يضر، لا يضر، مع اسمه، مع اسمه، شيء، شيء، ولا في السماء، ولا في السماء، وهو السميع العليم، وهو السميع العليم। ਖਾਓ ਖਾਣਾ, ਖਾਓ ਭਾਈ, ਖਾਓ ਜੀ ਖਾਓ, ਬਿਸਮਿਲ੍ਲਾਹ। ਚੋਪੜੀਆਂ ਰੋਟੀਆਂ ਜੇ ਦੇਸੀ ਘਿਓ ਨਾਲ, ਅਤੇ ਜਨਾਬ ਨਾਲ ਆਇਆ ਲੱਸੀ, ਤਾਂ ਹਾਂ ਸਵੇਰੇ ਸਾਰੀ ਪੀ ਰਹੀ ਸੀ, ਅਤੇ ਨਾਲ ਆਇਆ ਸਾਦਾ ਪਾਣੀ ਫਰਿੱਜ ਦਾ, ਠੰਡਾ ਫਰਿੱਜ ਦਾ, ਅਤੇ ਜਨਾਬ ਚਣਿਆਂ ਦੀ ਦਾਲ, ਅਤੇ ਵਿੱਚ ਪਾਈ ਆ ਕੁਕੜੀ ਮੁਰਗੀ, ਇਹਦੇ ਉੱਤੇ ਦਈਏ ਢੱਕਣ, ਇਹਦੇ ਉੱਤੇ ਦਈਏ ਢੱਕਣ, ਤਾਂ ਕਿ ਇਹਦੇ ਵਿੱਚ ਨਾ ਵੜ ਜਾਣ ਮੱਖਣ, ਮੱਖਣ ਦਾ ਮਤਲਬ ਕਿ ਮੱਖੀਆਂ, ਠੀਕ ਹੈ ਨਾ, ਪਰੇਸ਼ਾਨੀ ਨਹੀਂ ਲੈਣੀ ਕੋਈ ਵੀ, ਤਾਂ ਰੋਟੀ ਸਾਨੂੰ ਖਾਂਦਿਆਂ ਵੇਖੋ, ਤਾਂ ਤੁਸੀਂ ਵੀ ਇਸ ਤਰ੍ਹਾਂ ਪਿਆਰ ਨਾਲ ਖਾਇਆ ਕਰੋ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਕਿਆ ਬਾਤ ਹੈ ਜੀ, ਹਾਏ ਹਾਏ, ਦੇਸੀ ਘਿਓ, ਕਮਾਲ ਦੀਆਂ ਖੁਸ਼ਬੂਆਂ, ਮੱਝ ਦਾ ਦੇਸੀ ਘਿਓ, ਪਿਓਰ ਘਰ ਦਾ ਬਣਾਇਆ, ਮੁੱਲ ਦਾ ਨਹੀਂ, ਹਾਹਾ। ਬਿਸਮਿਲ੍ਲਾਹ, ਅੱਲਾਹ ਤੇਰਾ ਸ਼ੁਕਰ ਹੈ, ਤੂੰ ਖਾਣਾ ਸਾਡੇ ਅੱਗੇ ਦਿੱਤਾ। ਮੈਨੂੰ ਤਾਂ ਰੋਟੀ ਘਰ ਦੇਣਗੇ ਦਿੱਤੀ ਆ ਨਾ, ਘਰੋਂ ਤਰ ਕਰਕੇ ਦਿੱਤੀ ਆ ਜੀ ਘਿਓ ਜੀ, ਬੜੇ ਮੇਰੇ ਨਸੀਬਾਂ 'ਚ ਘਿਓ ਹੀ ਘਿਓ ਲੈ ਚੜਿਆ। ਰੋਟੀ ਖਾਇਓ, ਰੋਟੀ ਫਿਰ ਵਾਢੀ ਬਣਾਓ, ਵਾਢੀ ਕਰ ਲਈ ਆ ਹੁਣ, ਭਰੀਆਂ ਤਾਣੀਆਂ ਨੇ, ਕਿਉਂ ਵੀ ਨਹੀਂ ਹੋਣੀ, ਕਿਉਂ ਗਰਮੀ ਬੜੀ ਆ, ਰੋਟੀ ਨਹੀਂ ਥੋੜ੍ਹੀ ਖਾਣੀ, ਫਿਰ ਡਿੱਗ ਪਾਵਾਂ ਮੈਂ ਭੁੱਖਾ।
ਉਦੋਂ ਮੈਂ ਪਤਾ ਕਿਉਂ ਥੋੜੀ ਖਾਧੀ ਸੀ, ਮੇਰੇ ਕੋਲ ਬੈਠਾ ਨਹੀਂ ਜਾਣਾ ਤਾਂ ਹੁਣ ਤਾਂ ਧੌਰਾਂ ਲਾਣੀਆਂ ਨੇ। ਲਓ ਬਈ ਸੱਜਣੋ ਬੇਲੀਓ ਦੋਸਤੋ, ਅੱਜ ਅਸਾਂ ਆਪਣੀ ਦੁਪਹਿਰ ਦੀ ਰੂਟੀਨ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਪਿੰਡ ਥਾਂ ਦਾ ਮਾਹੌਲ ਸ਼ੇਅਰ ਕੀਤਾ ਅਤੇ ਹਕੀਕੀ ਪਿੰਡ ਥਾਂ ਦਾ ਮਾਹੌਲ ਹੈ। ਇਹ ਸਾਡੀ ਜ਼ਿੰਦਗੀ ਹੈ, ਸਾਨੂੰ ਕੋਈ ਲੱਥੀ ਚਰੀ ਨਹੀਂ, ਕਲੀਨ ਪਾਉਣਾ ਥੱਲੇ ਅਤੇ ਇਹ ਕਰਨਾ ਉਹ ਕਰਨਾ, ਜਦੋਂ ਅਸੀਂ ਜ਼ਿੰਮੀਦਾਰਾਂ ਕਰਨ ਆਉਂਦੇ ਹਾਂ, ਕੰਮ ਕਰਨ ਆਉਂਦੇ ਹਾਂ, ਮਿੱਟੀ ਦੀ ਨਿਸਬਤ ਹੈ ਸਾਡੀ, ਅਸੀਂ ਮਿੱਟੀ 'ਚ ਬਹਿਣਾ ਅਤੇ ਜਨਾਬ ਆਪਣੇ ਕੰਮ ਕਰਨੇ ਨੇ ਅਤੇ ਆਪਣੇ ਮਾਮਲਾਤ ਨੂੰ ਇਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਨਾ। ਗੰਦਮ ਦੀ ਕਟਾਈ ਗਈ ਸਾਡੀ, ਉਹ ਤਾਂ ਖਾਣ ਵਾਲਿਆ ਅਸੀਂ ਖਾ ਆਖਰੀ ਬੁਰਕੀਆਂ ਨੇ ਹਾਫਤ ਸਾਹਿਬ ਦੀਆਂ ਅਤੇ ਸਾਡੇ ਉਸ ਪ੍ਰਾਹੁਣੇ ਦੀਆਂ, ਠੀਕ ਹੈ ਜੀ। ਦੁਆਵਾਂ 'ਚ ਯਾਦ ਰੱਖਣਾ, ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਦੁਬਾਰਾ ਫਿਰ ਨਵੇਂ ਵਿਲਾਗ ਤੁਹਾਡੇ ਨਾਲ ਮੁਲਾਕਾਤ ਹੋਏਗੀ। ਉਨੀ ਦੇਰ ਤੱਕ ਦੋ ਆਪਣੇ ਮੇਜ਼ਬਾਨ ਨੂੰ ਇਜਾਜ਼ਤ ਅਤੇ ਮੇਜ਼ਬਾਨ ਦੀ ਫੈਮਿਲੀ ਨੂੰ, ਅਤੇ ਅਗਲੇ ਵਿਲਾਗ ਦਾ ਇੰਤਜ਼ਾਰ ਕਰਿਓ, ਚੈਨਲ ਸਬਸਕ੍ਰਾਈਬ ਕਰਿਓ, ਬੈੱਲ ਆਈਕੋਨ ਦੇ ਬਟਨ ਦਬਾਇਓ, ਅਤੇ ਫਿਰ ਅੱਲਾ ਨੀ ਕੇ ਬਾਦ, ਅੱਲਾ ਨੀ ਕੇ ਬਾਦ।